ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤਾਂ ਨਾ ਸਾਂਝਾ ਕਰਦਾ ਹੈਗਾ ਦੇਖੋ ਗਰਵਾਣੀ ਦੇ ਅੰਦਰ ਜਾਂ ਮਹਾਂਪੁਰਖਾਂ ਦੁਆਰਾ ਦੱਸੀ ਜਿਹੜੀ ਭਗਤੀ ਆ ਨੌ ਪ੍ਰਕਾਰ ਦੀ ਆ ਪਰ ਸਭ ਤੋਂ ਜਿਹੜੀ ਸ੍ਰੇਸ਼ਟ ਭਗਤੀ ਆ ਨਾ ਉਹ ਕੇਵਲ ਤੇ ਕੇਵਲ ਪ੍ਰੇਮਾ ਭਗਤੀ ਮੰਨੀ ਗਈ ਆ ਇਹ ਜਿਹੜੀ ਪ੍ਰੇਮਾ ਭਗਤੀ ਹੈ ਸਭ ਤੋਂ ਉਤਮ ਹੈਗੀ ਆ ਬਾਕੀ ਭਗਤੀਆਂ ਵੀ ਉਤਮ ਆ ਪਰ ਪ੍ਰੇਮ ਤੋਂ ਬਿਨਾ ਵਾਹਿਗੁਰੂ ਦੇ ਨਾਲ ਅਨਰਾਗ ਪੈਦਾ ਨਹੀਂ ਹੁੰਦਾ ਤੇ ਅਨਰਾਗ ਤੋਂ ਬਿਨਾ ਸੰਸਾਰ ਦੇ ਨਾਲ ਬਰਾਇਕ ਪਤਾ ਨਹੀਂ ਹੁੰਦਾ ਵੈਸੇ ਤਾਂ ਜਿਵੇਂ ਗੁਰਬਾਣੀ ਦਾ ਫਰਮਾਨ ਆ ਕੋਈ ਗਾਵੇ ਰਾਗੀ ਨਾਦੀ 베ਦੀ ਬੋ ਭਾਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤੈਨਾ ਰੋਏ ਕਿਆ ਕੀਜੇ ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਤ ਦੀਜੇ ਜਿਨ੍ਹਾਂ ਨਾਨਕ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲਈਜੇ ਇਹ ਪ੍ਰੇਮਾ ਰੂਪੀ ਭਗਤੀ ਉਸ ਨੂੰ ਮਿਲਦੀ ਆ ਜਿਹਦੇ ਹਿਰਦੇ ਦੇ ਅੰਦਰ ਸ਼ੁੱਧਤਾ ਹੈਗੀ ਆ ਹਿਰਦਾ ਮਲੀਨ ਨਹੀਂ ਹੈ ਹਿਰਦਾ ਜਿਹੜਾ ਹੈ ਨਾ ਉਹ ਪ੍ਰੇਮਾ ਭਗਤੀ ਦੀ ਖੁਸ਼ਬੂ ਦੇ ਨਾਲ ਭਰਿਆ ਹੋਇਆ ਇਹ ਪ੍ਰੇਮਾ ਭਗਤੀ ਉਹਨੂੰ ਮਿਲਦੀ ਆ ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਕੇ ਦਵ ਪਰਯੋਗ ਦੇ ਅੰਦਰ ਦਾ ਜੋ ਆਖਰੀ ਰਾਜਾ ਹਨ ਉਹ ਪ੍ਰੀਖਿਸ਼ਦ ਮੰਨਿਆ ਜਾਂਦਾ ਤੇ ਪ੍ਰੀਖਿਸ਼ਦ ਦੇ ਜੀਵਨ ਦੀ ਘਟਨਾ ਆਪ ਵੀ ਸਾਰੀਆਂ ਸੰਗਤਾਂ ਜਾਣਦੀਆਂ ਕਿ ਕਿਵੇਂ ਇੱਕ ਵਾਰ ਜਦ ਪ੍ਰੀਖਿਸ਼ਦ ਨੇ ਕੋਈ ਜਿਹੜਾ ਰਿਸ਼ੀ ਤਪ ਕਰਦਾ ਸੀ ਉਹ ਤੋਂ ਪਾਣੀ ਮੰਗਿਆ ਪਰ ਉਹ ਰਿਸ਼ੀ ਸਮਾਧੀ ਵਿੱਚ ਹੋਣ ਕਰਕੇ ਉਹ ਬਾਹਰ ਦੀ ਦੁਨੀਆ ਤੋਂ ਜਿਹੜਾ ਸਗਾ ਉਹਦੀ ਸੁਰਤ ਉਸ ਅਨਰੰਗ ਕਰ ਦੇ ਨਾਲ ਜੁੜੀ ਸੀ ਪਰ ਰਾਜੇ ਨੇ ਇੱਕ ਕੀਤਾ ਮਜ਼ਾਕ ਦੇ ਵਿੱਚ ਇੱਕ ਮਰਿਆ ਸੱਪ ਦੇ ਗੱਲ 'ਚ ਪਾਤਾ ਸੀ ਤੇ ਕਿਵੇਂ ਫਿਰ ਰਾਜੇ ਪ੍ਰੀਖਿਸ਼ ਨੂੰ ਜਿਹੜਾ ਸਗਾ ਉਸ ਦੇ ਚੇਲੇ ਨੇ ਇਹ ਸਰਾਫ ਦਿੱਤਾ ਸਗਾ ਕਿ ਇਹ ਸੱਪ ਜਿਹੜਾ ਹਨਾ ਇਹ ਦੁਆਰਾ ਜਿੰਦਾ ਹੋ ਕੇ 7 ਦਿਨਾਂ ਬਾਅਦ ਤੇਰੇ ਲੜ ਜਾਏਗਾ ਪਰ ਬਾਅਦ ਦੇ ਵਿੱਚ ਜਦੋਂ ਇਸ ਘਟਨਾ ਦਾ ਰਾਜੇ ਪ੍ਰੀਖਿਸ਼ ਨੂੰ ਪਤਾ ਲੱਗਾ ਕਿ ਮੇਰੇ ਤੋਂ ਗਲਤੀ ਹੋਈ ਆ ਪਰ ਹੁਣ ਕੀਤਾ ਕੀ ਜਾਵੇ ਤੇ ਸਾਰੇ ਰਾਤ ਦੇ ਵਿੱਚ ਚਿੰਤਾ ਹੋਈ ਸੀ ਫਿਰ ਰਾਜੇ ਪ੍ਰੀਖਿਸ਼ ਨੇ ਕੀਤਾ ਸਗਾ ਇੱਕ ਸ਼ੀਸ਼ੇ ਦਾ ਮਹਿਲ ਜਿਹੜਾ ਸਗਾ ਉਹ ਮਹਿਲ ਜਿਹੜਾ ਸਗਾ ਉਸ ਸਮੁੰਦਰ ਦੇ ਵਿੱਚ ਬਣਾਇਆ ਸਗਾ ਤੇ ਜਦ ਪਾਣੀ ਵਿੱਚ ਉਹ ਮਹਿਲ ਬਣਾਇਆ ਸਗਾ ਉਸ ਦੇ ਵਿੱਚ ਫਿਰ ਉਸ ਟਾਈਮ ਦਾ ਜਿਹੜਾ ਮਸ਼ਹੂਰ ਸਖਦੇਵ 무ਨੀ ਸੀ ਹਨ ਉਹਨੇ ਫਿਰ ਰਾਜੇ ਪ੍ਰਿਕਸ਼ਿਤ ਨੂੰ ਜਿਹੜੀ ਸੀ ਉਹ ਕਥਾ ਸੁਣਾਈ ਸੀ 7 ਦਿਨ ਦੀ ਇਹ ਜਦ 7 ਦਿਨ ਦੀ ਕਥਾ ਜਿਹੜੀ ਸੀਗੀ ਹਨ ਇਹ ਸੁਣਨ ਵਾਸਤੇ ਦੇਵੀ ਦੇਵਤੇ ਵੀ ਆਉਂਦੇ ਸੀਗੇ ਤੇ 7 ਦਿਨਾਂ ਬਾਅਦ ਪ੍ਰਿਕਸ਼ਿਤ ਰਾਜੇ ਦੇ ਅੰਦਰ ਐਸਾ ਤਰਬਾਸ ਬੱਜਿਆ ਕਿ ਜੀਵਣਾ ਜਿਹੜਾ ਝੂਠ ਹੈ ਤੇ ਮਰਨਾ ਸੱਚ ਹੈ ਇਸ ਕਰਕੇ ਪ੍ਰਿਕਸ਼ਿਤ ਰਾਜੇ ਨੂੰ ਮਰਨ ਦਾ ਕੋਈ ਖੌਫ ਨਹੀਂ ਹੋਇਆ ਐਸਾ ਗਿਆਨ ਉਹਨੂੰ ਪ੍ਰਾਪਤ ਹੋਇਆ ਪਰ ਇੱਕ ਕਥਾ ਜਿਹੜੀ ਸੁਖਦੇਵ मुनि ਜੀ ਨੇ ਰਾਜਪ੍ਰੀਖਿਤ ਨੂੰ ਸੁਲਾਈ ਸੀ ਇੰਨੀ ਪ੍ਰਭਾਵਸ਼ਾਲੀ ਕਥਾ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਜਿਹੜੇ ਦੇਵਤੇ ਸੀ ਜਦ ਕਥਾ ਦਾ 7ਵੇਂ ਦਿਨ ਭੋਗ ਪੜਨਾ ਸੀਗਾ ਜਿੱਦਾਂ ਰਾਜਪ੍ਰੀਖਿਤ ਨੂੰ ਸੌਪ ਲੜਨਾ ਸੀਗਾ ਤੇ ਦੇਵਤੇ ਸਵਰਗ ਤੋਂ ਅਮਰ ਦਾ ਘੜਾ ਲੈ ਕੇ ਆਏ ਸੀ ਉਹਨਾਂ ਨੇ ਆ ਕੇ ਨਾ ਪ੍ਰੀਖਿਤ ਰਾਜ ਦਾ ਗਿਰ ਜਿਹੜੀ ਸੀ ਇਹ ਬੇਨਤੀ ਕੀਤੀ ਕਿ ਆਹ ਜਿਹੜਾ ਘੜਾ ਹੈਗਾ ਅਮਰ ਦਾ ਹੈਗਾ ਅਗਰ ਸੱਪ ਤੈਨੂੰ ਲੜ ਵੀ ਜਾਵੇ ਤੈਨੂੰ ਜ਼ਹਿਰ ਚੜ੍ਹ ਵੀ ਜਾਊਗੀ ਤੂੰ ਮਰ ਵੀ ਜਾਵੇਂ ਤਾਂ ਮਿੱ ਇਹ ਅਮਰਦਾ ਛੱਟਾ ਜਿਹੜਾ ਦੇ ਕੇ ਤੈਨੂੰ ਜਿੰਦਾ ਕੀਤਾ ਜਾ ਸਕਦਾ ਹੈ ਪਰ ਇਹ ਅਮਰਤ ਦੇਣ ਦਾ ਜਿਹੜਾ ਸਗਾ ਉਹ ਸਾਡਾ ਇੱਕ ਮਨੋਰਥ ਉਹ ਕੀ ਹੈ ਕਿ ਇਹਦੇ ਬੁੱਟੇ ਤੈਨੂੰ ਕੁਝ ਦੇਣਾ ਪਊਗਾ ਜਦ ਇੰਨੀ ਗੱਲ ਹੋਈ ਸੀ ਫਿਰ ਅੱਜ ਪ੍ਰੀਖਿ ਨੇ ਪੁੱਛਿਆ ਕਿ ਦੱਸੋ ਇਹ ਅਗਰ ਤੁਸੀਂ ਮੈਨੂੰ ਅਮਰਤ ਮੰਨ ਤੋਂ ਬਾਅਦ ਦੇਵੋਗੇ ਮੈਂ ਜਿੰਦਾ ਹੋ ਜੂੰ ਤੁਸੀਂ ਇਹਦਾ ਕੀ ਮੁੱਲ ਮੰਗਦੇ ਆ ਤਾਂ ਫਿਰ ਉਹਨਾਂ ਨੇ ਸੁਖਦੇਵ ਮੂਨੀ ਨੂੰ ਆਖਿਆ ਸਗਾ ਕਿ ਜੋ ਤੈਂ ਕਥਾ ਜਿਹੜੀ ਰਾਜ ਪ੍ਰੀਖਿ ਨੂੰ 7 ਦਿਨ ਸੁਣਾਈ ਆ ਉਹ ਕਥਾ ਦਾ ਫਲ ਸਾਨੂੰ ਚਾਹੀਦਾ ਹੈਗਾ ਜਦ ਐਨੀ ਗੱਲ ਹੋਈ ਆ ਤੇ ਫਿਰ ਜਿਹੜੇ ਸੁਖਦੇਵ 무ਨੀ ਸੀ ਉੱਚੀ ਉੱਚੀ ਹੱਸ ਪਏ ਉਹ ਕਹਿਣ ਲੱਗੇ ਤੁਸੀਂ 7 ਦਿਨ ਦੀ ਕਥਾ ਦੀ ਗੱਲ ਕਰਦੇ ਆ ਤੁਹਾਨੂੰ ਮੈਂ 1 ਮਿੰਟ ਵੀ ਇਸ ਕਥਾ ਦਾ ਭੋਗ ਨਹੀਂ ਦੇ ਸਕਦਾ ਇਹਦਾ ਫਲ ਨਹੀਂ ਦੇ ਸਕਦਾ 1 ਮਿੰਟ ਦੀ ਕਥਾ ਦਾ ਫਲ ਮੈਂ ਤੁਹਾਨੂੰ ਨਹੀਂ ਦੇ ਸਕਦਾ ਹੈ ਕਿਉਂ ਇਹ ਕਥਾ ਕੇਵਲ ਤੇ ਕੇਵਲ ਰਾਜੇ ਪ੍ਰੀਖਸ਼ਿਤ ਦੇ ਵਾਸਤੇ ਹੀ ਸੁਣਾਈ ਗਈ ਆ ਤੇ ਇਹਦਾ ਫਲ ਵੀ ਰਾਜੇ ਪ੍ਰੀਖਸ਼ਿਤ ਨੂੰ ਹੀ ਮਿਲੇਗਾ ਤੇ ਉਹ ਕਹਿਣ ਲੱਗੇ ਕਿ ਅਸੀਂ ਅੰਮ੍ਰਿਤ ਦਾ ਘੜਾ ਲੈ ਕੇ ਆਏ ਆ ਤੇ ਫਿਰ ਸਖਦੇਵ 무ਨੀ ਨੇ ਦੇਵਤਿਆਂ ਨੂੰ ਇਹ ਗਿਆਨ ਕਰਾਇਆ ਸੀ ਉਹਨਾਂ ਸਮਿਆਂ ਦੇ ਵਿੱਚ ਕਿ ਤੁਸੀਂ ਤਾਂ ਇੱਕ ਘੜਾ ਲੈ ਚੱਕ ਕੇ ਆਏ ਆ ਮੇਰੇ ਸਾਹਮਣੇ ਤਾਂ ਇੱਥੇ ਲੱਖਾਂ ਘੜੇ ਅੰਮ੍ਰਿਤ ਦੇ ਸਾਹਮਣੇ ਖੜੇ ਆ ਜਿਹੜੇ ਕਥਾ ਦਾ ਫਲ ਮੰਗਦੇ ਆ ਪਰ ਮੈਂ ਇਸ ਕਥਾ ਦਾ ਇੱਕ ਤਿਲ ਜਿੰਨਾ ਵੀ ਫਲ ਤੁਹਾਨੂੰ ਨਹੀਂ ਦਊਂਗਾ ਕਿਉਂ ਕੇਵਲ ਕੇਵਲ ਕਥਾ ਪਹਿਲਾਂ ਮੈਂ ਸੰਕਲਪ ਕਰਕੇ ਰਾਜੇ ਪ੍ਰੀਖਸ਼ਤ ਦੇ ਵਾਸਤੇ ਹੀ ਜੜੀ ਆ ਉਹ ਸੁਣਾਈ ਆ ਕਿ ਇਹਦਾ ਫਲ ਉਹਨੂੰ ਮਿਲੇਗਾ ਉਸ ਤੋਂ ਬਾਅਦ ਜਿਹੜੇ ਦੇਵਤੇ ਸੀਗੇ ਫਿਰ ਬਾਸ ਚਲੇ ਗਏ ਸੀ ਕਹਿਣ ਤੋਂ ਭਾਵ ਇਹ ਆ ਕਿ ਜਾਹੇ ਕਥਾ ਹੋਵੇ ਕੀਰਤਨ ਹੋਵੇ ਜਿਸ ਦੇ ਵਿੱਚ ਬੈਰਾਗ ਆ ਪ੍ਰੇਮਾ ਭਗਤੀ ਆ ਆਨੰਦ ਹੈ ਵਿਰਹਾ ਹੈ ਉਹ ਜਿਹੜੀ ਕਥਾ ਨਾ ਪਰਮੇਸ਼ਰ ਨੂੰ ਬੜੀ ਪਾਉਂਦੀ ਆ ਤਾਂ ਉਹਦਾ ਫਲ ਜਿਹੜਾ ਫਿਰ ਅਨੰਤ ਗੁਣਾ ਵੱਜ ਜਾਂਦਾ ਹੈਗਾ ਜਿਵੇਂ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਕੋਈ ਹੈ ਨਾ ਗਰੀਬ ਰਾਜਾ ਕੋਈ ਗੁਰਮੁਖ ਪਿਆਰਾ ਸੀਗਾ ਉਹਨੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਸੀਗਾ ਉਹ ਪੂਜਾ ਦਾ ਸਥਾਨ ਬਣਾਇਆ ਸੀਗਾ ਉੱਥੇ ਉਹ ਪੂਜਾ ਕਰਦਾ ਹੁੰਦਾ ਸੀ ਦੇਵੀ-ਦੇਵਤਿਆਂ ਦੀ ਜਦੋਂ ਉੱਥੇ ਉਹ ਮੀਠਲ ਦੀ ਇੱਕ ਮੂਰਤੀ ਰੱਖੀ ਸੀ ਉੱਥੇ ਪੂਜਾ ਕਰਦਾ ਹੁੰਦਾ ਸੀ ਪਰ ਜਦ ਬਾਹਰ ਜਾਂਦਾ ਸੀ ਬਾਹਰ ਦੇਖਦਾ ਸੀ ਉਹ ਵੱਡੇ-ਵੱਡੇ ਮੰਦਰ ਉਹ ਆ ਉੱਥੇ ਕਈ ਮੁਹਾਤਮਾ ਆਉਂਦੇ ਆ ਤੇ ਸੰਗਤ ਬੜੀ ਜੁੜਦੀ ਆ ਤੇ ਉੱਥੇ ਕਥਾ ਹੁੰਦੀ ਆ ਭੋਜ ਭੰਡਾਰੇ ਵੀ ਲੱਗਦੇ ਆ ਉਹਦੇ ਮਨ ਦੇ ਵਿੱਚ ਖਿਆਲ ਆ ਗਿਆ ਕਿ ਮੈਂ ਵੀ ਕਦੀ ਜਿਹੜਾ ਵੱਡਾ ਮੰਦਰ ਬਣਾਉਂਗਾ ਉਹਦੇ ਵਿੱਚ ਸੰਗਤ ਬੜੀ ਆਊਗੀ ਤੇ ਮੈਂ ਵੀ ਭੋਜ ਪੰਡਾਰੇ ਕਰੂੰਗਾ ਤੇ ਇਸ ਤਰ੍ਹਾਂ ਆਮ ਜਿਹੜੇ ਵੱਡੇ ਸੰਤ ਉਹਨਾਂ ਵਿੱਚ ਮੇਰੀ ਗਿਣਤੀ ਵੀ ਜਿਹੜੀ ਉਹ ਹੋਊਗੀ ਇਹ ਵਿਚਾਰ ਅਕਸਰ ਉਹਦੇ ਮਨ 'ਚ ਹੁੰਦਾ ਸੀ ਪਰ ਉਹ ਸੰਤ ਦਾ ਜਿਹੜਾ ਹੈ ਨਾ ਗਰੀਬੀ ਨੇ 25 30 ਸਾਲ ਤੱਕ ਖੜਾ ਨਹੀਂ ਛੱਡਿਆ ਪਰ ਉਹ ਫੇ ਹੁਣ ਗਰੀਬੀ ਨਾ ਹੋਣ ਕਰਕੇ ਘਰ ਹੀ ਜਿਹੜਾ ਸੀਗਾ ਉਹ ਪੂਜਾ ਕਰਦਾ ਹੁੰਦਾ ਸੀਗਾ ਪਰ ਮਨ ਦੇ ਵਿੱਚ ਇਹ ਜਿਹੜਾ ਬਾਜ਼ਾਰ ਸੀਗਾ ਉਹਦੇ ਅੰਦਰ ਹੀ ਰਹਿੰਦਾ ਸੀਗਾ ਇੱਕ ਦਿਨ ਦੱਸਦੇ ਆ ਕਿ ਉਹੋ ਹੀ ਜਿਹੜਾ ਗੁਰਮੁਖ ਪਿਆਰਾ ਸੀਗਾ ਜਦ ਇੱਕ ਵਾਰ ਉਹ ਇੱਕ ਰਾਤ ਘਰੋਂ ਬਾਹਰ ਜਿਹੜਾ ਸੀਗਾ ਕਿਸੇ ਦਰਖਤ ਦੇ ਥੱਲੇ ਕਾਂ ਚ ਬਿਠਾ ਹੋਇਆ ਸੀਗਾ ਤੇ ਉਸ ਦਰਖਤ ਦੇ ਉੱਤੋਂ ਆਵਾਜ਼ ਆਈ ਕਿ ਭਾਈ ਤੂੰ ਰੱਬ ਦਾ ਪਿਆਰਾ ਹੈਗਾ 25 30 ਸਾਲ ਤੈਨੂੰ ਉਹਦੀ ਇਬਾਦਤ ਕਰਨ ਨੂੰ ਹੋ ਗਿਆ ਤੇ ਤੈਨੂੰ ਤਾਂ ਦੀ ਬੜੀ ਲੋੜ ਆ ਇਹ ਤੈਨੂੰ ਮੈਂ ਤੈਨੂੰ ਦੇ ਸਕਦਾ ਜਦ ਇਹ ਆਵਾਜ਼ ਆਈ ਸੀ ਤੇ ਉਹ ਜਿਹੜਾ ਰੱਬ ਦਾ ਗੁਰਮੁਖ ਪਿਆਰਾ ਸੀਗਾ ਦਰਖਤ ਦੇ ਉੱਪਰ ਦੇਖਣ ਲੱਪਿਆ ਅੜਦੋੜਾ ਦੇਖਿਆ ਕੋਈ ਵਿਅਕਤੀ ਉਹਨੂੰ ਨਜ਼ਰ ਨਹੀਂ ਆਇਆ ਫਿਰ ਉਹਨੂੰ ਪੁੱਛਿਆ ਵੀ ਤੂੰ ਕੌਣ ਆ ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਤੇ ਫਿਰ ਦਰਖਤ ਤੋਂ ਬਾਜੇ ਵੀ ਮੈਂ ਹੋਰ ਕੋਈ ਦੇਵੀ ਦੇਵਤਾ ਨਹੀਂ ਮੈਂ ਪ੍ਰੇਤ ਹਾਂ ਜਿਹੜਾ ਇਸ ਦਰਖਤ ਦੇ ਉੱਪਰ ਰਹਿੰਦਾ ਹੈਗਾ ਤੇ ਮੈਂ ਜਾਣਦਾ ਕਿ ਤੈਨੂੰ ਧੰਨ ਦੀ ਵਸ਼ਕਤਾ ਹੈਗੀ ਆ ਤੇ ਮੈਂ ਤੈਨੂੰ ਧੰਨ ਦੇ ਸਕਦਾ ਹੈਗਾ ਤੇ ਇਹ ਤਾਂ ਇਸ ਪਿੱਪਲ ਦੇ ਪਾਸੇ ਜਿਹੜਾ ਦੱਬਿਆ ਹੋਇਆ ਹੈਗਾ ਜੇ ਤੇਨੂੰ ਧੰਨ ਚਾਹੀਦਾ ਹੈਗਾ ਤੇ ਤੂੰ ਇੰਨਾ ਡੂੰਘਾ ਫੁੱਟ ਟੋਆ ਪਟਲਾ ਤੇ ਉਹਦੇ ਵਿੱਚੋਂ ਜਿੰਨਾ ਧਨ ਤੂੰ ਚਾਹੇ ਤਾਂ ਹਾਸਲ ਕਰ ਸਕਦਾ ਤੇ ਉਸ ਧਨ ਦੇ ਨਾਲ ਤੂੰ ਮੰਦਰ ਬਣਾ ਲਾ ਭੋਜ ਭੰਡਾਰੇ ਕਰ ਜੋ ਤੇਰੇ ਮਨ ਦੀ ਇੱਛਾ ਹੈਗੀ ਤੂੰ ਪੂਰੀ ਕਰ ਸਕਦਾ ਹੈਗਾ ਪਰਨਾੜ ਉਸ ਪ੍ਰੇਤ ਨੇ ਫਿਰ ਇਹ ਵੀ ਆਖਿਆ ਕਿ ਇਹ ਧਨ ਲੈਣ ਤੋਂ ਪਹਿਲਾਂ ਮੇਰੀ ਇੱਕ ਜਿਹੜੀ ਆ ਉਹ ਸ਼ਰਤ ਹੈ ਅਗਰ ਤੂੰ ਉਹ ਸ਼ਰਤ ਪੂਰੀ ਕਰ ਦੋਂ ਤਾਂ ਮੈਂ ਤੈਨੂੰ ਸਾਰਾ ਧਨ ਦੇ ਦੂੰਗਾ ਜਦ ਇਹ ਗੱਲ ਹੋਈ ਤਾਂ ਫਿਰ ਗੁਰਮੁਖ ਘਰੇ ਨੇ ਪੁੱਛਿਆ ਵੀ ਉਹ ਕਿਹੜੀ ਸ਼ਰਤ ਹੈਗੀ ਸਫੇ ਉੱਪਰ ਇਤਨੇ ਦੱਸਿਆ ਉਹ ਕਹਿਣ ਲੱਗਾ ਅੱਜ ਤੱਕ ਤੂੰ 25 30 ਸਾਲ ਜਿੰਨਾ ਵੀ ਜਿਹੜਾ ਹੈਗਾ ਉਹ ਸਮੁੰਦਰ ਦੇ ਵਿੱਚ ਪੂਜਾ ਕੀਤੀ ਆ ਉਹ ਸਾਰੀ ਪੂਜਾ ਦਾ ਫਲ ਜਿਹੜਾ ਹਨਾ 25 30 ਸਾਲ ਦਾ ਉਹ ਮੈਨੂੰ ਚਾਹੀਦਾ ਹੈਗਾ ਬਸ ਤੂੰ ਇਹ ਜਿਹੜਾ ਫਲ ਆ ਇਹ ਅਰਦਾਸ ਬੇਨਤੀ ਕਰਕੇ ਚੂੜੀ ਛੱਡ ਦੇ ਤੇ ਇਹ ਫਲ ਮੈਨੂੰ ਦੇ ਦੇ ਤੇ ਬਸ ਫਿਰ ਤੂੰ ਜੰਨਤ ਹਨ ਚਾਹੇ ਲੈ ਸਕਦਾ ਹੈਗਾ ਵੱਡਾ ਮੰਦਰ ਬਣਾ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਜਦ ਪ੍ਰੇਤ ਦੀ ਇਹ ਗੱਲ ਉਹ ਗੁਰਮੁਖ ਪਿਆਰੇ ਨੇ ਸੁਣੀ ਤੋ ਗੁਰਮੁਖ ਪੈਰਾ ਕਹਿਣ ਲੱਗਾ ਕਿ ਅਗਰ ਮਤੈਨੂੰ ਸਾਰਾ 25 30 ਸਾਲ ਦੀ ਪੂਜਾ ਦਾ ਜੋ ਫਾੜਵਾ ਭਗਤੀ ਦਾ ਉਹ ਮੈਨੂੰ ਤੇ ਦੇ ਦੇ ਤਾਂ ਫਿਰ ਮੇਰੇ ਪਾਸ ਕੀ ਰਹਿ ਜਾਊਗਾ ਉਹ ਪ੍ਰੇਤ ਕਹਿਣ ਲੱਗਾ ਵੀ ਇਹ ਤਾਂ ਗੱਲ ਤੇਰੀ ਠੀਕ ਆ ਪਰ ਮੈਂ ਤੈਨੂੰ ਧਨ ਵੀ ਦੇ ਰਿਹਾ ਹੈਗਾ ਉਹ ਕਹਿਣ ਲੱਗਾ ਠੀਕ ਆ ਪਰ ਮੇਰੀ ਜਿਹੜੀ ਪੂਜਾ ਹੈਗੀ ਆ ਉਹ ਤਾਂ ਫਿਰ ਮੈਂ ਫੇਰ ਜਿਹੜਾ ਸ਼ੁਰੂ ਤੋਂ ਉਹ ਪੂਜਾ ਬੰਦਗੀ ਜਿਹੜੀ ਦੁਬਾਰਾ ਫੇਰ ਕਰੂੰਗਾ ਉਹ ਪ੍ਰੇਤ ਕਹਿਣ ਲੱਗਾ ਮੈਂ ਇਹ ਨਹੀਂ ਜਾਣਦਾ ਮੈਂ ਤੈਨੂੰ ਇਹਦੇ ਵੱਟੇ ਧਨ ਦੇ ਰਿਹਾ ਤਾਂ ਫਿਰ ਗੁਰਮੁਖ ਪਿਆਰਾ ਕਹਿਣ ਲੱਗਾ ਕਿ ਭਾਈ ਮੈਨੂੰ ਇਹ ਤੇਰਾ ਸੌਦਾ ਮਨਜ਼ੂਰ ਨਹੀਂ ਜਦ ਇੰਨੀ ਗੱਲ ਹੋਈ ਤਾਂ ਉਹ ਪ੍ਰੇਤ ਕਹਿਣ ਲੱਗਾ ਚਲ ਠੀਕ ਆ ਅਗਰ ਤੂੰ ਮੈਨੂੰ ਉਸ 25 30 ਸਾਲ ਦਾ ਜਿਹੜਾ ਸਾਰਾ ਫਲ ਨਹੀਂ ਦੇਣਾ ਤੇ ਮੈਂ ਤੈਨੂੰ ਇੰਨੀ ਰੇਤ ਦੇ ਦਿੰਦਾ ਕਿ ਜ਼ਿਆਦਾ ਨਹੀਂ ਤੇ ਚਲ ਤੂੰ ਮੈਨੂੰ ਅੱਧਾ ਹੀ ਦੇ ਦੇ ਜਦ ਇੰਨੀ ਗੱਲ ਹੋਈ ਆ ਤਾਂ ਗੁਰਮੁਖ ਪਿਆਰੇ ਨੇ ਸੋਚਿਆ ਵੀ ਇਹ ਤਾਂ ਪੂਰੇ ਫਲ ਦਾ ਜਗ੍ਹਾ ਅੱਧੇ ਤੇ ਆ ਗਿਆ ਇਹਦਾ ਮਤਲਬ ਕੀ ਆ ਕਿ ਮੇਰੀ ਬੰਦਗੀ ਦਾ ਫਲ ਬਹੁਤ ਵੱਡਾ ਹੈਗਾ ਪਰ ਉਹ ਗੁਰਮੁਖ ਪਿਆਰਾ ਕਰਨ ਲੱਗਾ ਕਿ ਨਹੀਂ ਮੈਨੂੰ ਤੇਰੀ ਇਹ ਵੀ ਸ਼ਰਤ ਮਨਜ਼ੂਰ ਨਹੀਂ ਗੱਲ ਕਰਦੇ ਕਰਦੇ ਪ੍ਰੇਤ ਜਿਹੜਾ ਸਗਾਹਨਾ ਉਹ ਐਨਾ ਜਿਹੜਾ ਥੱਲੇ ਆ ਗਿਆ ਆਪਣੇ ਧਨ ਦੌਲਤ ਦੀ ਸ਼ਰਤ ਦੇ ਵਿੱਚ ਉਹ ਕਹਿਣ ਲੱਗਾ ਚੱਲ ਠੀਕ ਆ ਅਗਰ ਤੂੰ ਮੈਨੂੰ ਇੰਨੇ ਸਾਲ ਦਾ ਫਲ ਨਹੀਂ ਦੇ ਸਕਦਾ ਚੱਲ ਤੂੰ ਮੈਨੂੰ ਇੱਕ ਮਿੰਟ ਦਾ ਫਲ ਦੇ ਦੇ ਜੋ ਤੂੰ ਇੱਕ ਮਿੰਟ ਉਹਦੀ ਭਜਨ ਸਿਮਰਨ ਬੀਠਲ ਦਾ ਕੀਤਾ ਉਹਦਾ ਫਲ ਮੈਨੂੰ ਦੇ ਦੇ ਤਾਂ ਮੇਰੀ ਗਤੀ ਹੋ ਜਾਊਗੀ ਜਦ ਇੰਨੀ ਗੱਲ ਹੋਈ ਤਾਂ ਫੇਰ ਉਹ ਜਿਹੜਾ ਗੁਰਮੁਖ ਪੈਰਾ ਸੀ ਸਮਝ ਗਿਆ ਉਹ ਕਹਿਣ ਲੱਗਾ ਇੱਕ ਮਿੰਟ ਕੀ ਮੈਂ ਤੈਨੂੰ ਇੱਕ ਤਿਲ ਜਿੰਨਾ ਵੀ ਫਲ ਨਹੀਂ ਦੇਣਾ ਹਾਂ ਤੇਰੀ ਮਰਜ਼ੀ ਤਨ ਦੇ ਜਾਂ ਨਾ ਦੇ ਜਦ ਇਹ ਨਹੀਂ ਗੱਲ ਹੋਈ ਤੋ ਕਹਿਣ ਲੱਗਾ ਕਿ ਮੈਂ ਤਾਂ ਹੁਣ ਤੇਰਾ ਨਕਰਾਰ ਕਰ ਚੁੱਕਾ ਹੈਗਾ ਹੁਣ ਤੂੰ ਧੰਨ ਲੈ ਲੈ ਉਹ ਗੁਰਮੁਖ ਪੈਰਾ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਅਗਰ ਤੂੰ ਮੇਰਾ ਨਕਰਾਰ ਕੀਤਾ ਨਾ ਤਨ ਦੇਣ ਦਾ ਤੇ ਮੈਂ ਇਸ ਤਰ੍ਹਾਂ ਕਰਦਾ ਇੱਕ ਵੱਡਾ ਮੰਦਰ ਬਣਾਉਣਾ ਉਹਦੇ ਵਿੱਚ ਭੋਜ ਭੰਡਾਰੇ ਕਰੂੰਗਾ ਸਾਧੂਆਂ ਨੂੰ ਸੱਜਿਆ ਕਰੂੰਗਾ ਸੰਗਤ ਆਇਆ ਕਰੂਗੀ ਜੁੜਿਆ ਕਰੂਗੇ ਤੇ ਇਸ ਮੰਦਰ ਦੇ ਵਿੱਚ ਜਿੰਨਾ ਵੀ ਜਿਹੜਾ ਹਨਾ ਫਲ ਹੋਊਗਾ ਕਥਾ ਕੀਰਤਨ ਦਾ ਸਾਧੂਆਂ ਦਾ ਉਹ ਸਾਰਾ ਮੈਂ ਤੈਨੂੰ ਦੇ ਦੂੰਗਾ ਔਰ ਜਦ ਤੱਕ ਮੰਦਰ ਰਹੇਗਾ ਜਦ ਤੱਕ ਮੈਂ ਸੰਸਾਰ 'ਚ ਰਹੂੰਗਾ ਇਹ ਫਲ ਤੈਨੂੰ ਮਿਲਦਾ ਰਹੂਗਾ ਜਦ ਇਹ ਨਹੀਂ ਗੱਲ ਹੋਈ ਤਾਂ ਪ੍ਰੇਤ ਕਹਿਣ ਲੱਗਾ ਵੀ ਨਹੀਂ ਨਹੀਂ ਇਹ ਮੈਨੂੰ ਫਲ ਨਹੀਂ ਚਾਹੀਦਾ ਫਿਰ ਗੁਰਮਖ ਪਿਆਰਾ ਕਹਿਣ ਲੱਗਾ ਕੇ ਦੇਖ ਪੈਸਾ ਤੇਰਾ ਤੇਰੇ ਪੈਸਾਂ ਦਾ ਮੈਂ ਮੰਦਿਰ ਬਣਾਉਣਾ ਹੈਗਾ ਤੇ ਤੇਰੇ ਪੈਸਾਂ ਕਰਕੇ ਸਾਰੀ ਸੰਗਤ ਸੱđਣੀ ਆ ਸੰਤਮਾਪੁਰਖ ਭੋਜ ਪੰਡਾਰਾ ਜੋ ਵੀ ਆ ਸਾਰਾ ਚੱਲੂਗਾ ਤੇ ਤੂੰ ਇਹਦਾ ਫਲ ਕਿਉਂ ਨਹੀਂ ਲੈਂਦਾ ਹੈਗਾ ਉਹ ਪ੍ਰੇਤ ਕਹਿਣ ਲੱਗਾ ਕਿ ਨਹੀਂ ਇਹ ਜਿਹੜਾ ਫਲ ਮੰਦਿਰ ਬਣਾਉਣ ਤੋਂ ਬਾਅਦ ਤੂੰ ਮੈਨੂੰ ਦੇ ਰਿਹਾ ਹੈਗਾ ਇਹ ਫਲ ਦਾ ਮੈਨੂੰ ਕੋਈ ਲਾਭ ਨਹੀਂ ਹੈਗਾ ਕਿਉਂ ਇਸ ਫਲ ਦੇ ਨਾਲ ਮੇਰੀ ਗਤੀ ਨਹੀਂ ਹੋਣੀ ਜਦ ਇਹ ਇੰਨੀ ਗੱਲ ਹੋਈ ਉਹ ਗੁਰਮੁਖ ਪਿਆਰਾ ਹੈਰਾਨ ਹੋ ਗਿਆ ਉਹ ਕਹਿਣ ਲੱਗਾ ਕਮਾਲ ਦੀ ਗੱਲ ਹੈ ਇਸ ਫਲ ਨਾਲ ਤੇਰੀ ਗਤੀ ਕਿਉਂ ਨਹੀਂ ਹੋਣੀ ਤਾਂ ਫੇਰ ਉਹ ਜਿਹੜਾ ਪ੍ਰੇਤ ਸੀ ਉਹ ਕਹਿਣ ਲੱਗਾ ਦੇਖ ਪਹਿਲਾਂ ਜਿਹੜਾ ਤੂੰ ਘਰ ਦੇ ਵਿੱਚ ਭਜਨ ਸਿਮਰਨ ਕੀਤਾ ਹਨ ਉਹਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਤੇਰੇ ਅੰਦਰ ਬੈਰਾਗ ਸੀਗਾ ਪ੍ਰੇਮਾ ਭਗਤੀ ਸੀ ਦਰਦ ਸੀਗਾ ਵਿਰਹਾ ਸੀਗਾ ਪਰ ਅਗਰ ਤੂੰ ਹੁਣ ਮੰਦਰ ਦੇ ਵਿੱਚ ਵੀ ਚਾਹੇ ਕਥਾ ਕੀਰਤਨ ਕਰੂੰਗਾ ਜਾਂ ਸੁਣਾਉਂਗਾ ਉਹਦੇ ਵਿੱਚ ਉਹ ਜਿਹੜਾ ਵਿਰਹੇ ਵਾਲੀ ਜਿਹੜੀ ਭਗਤੀ ਆ ਉਹ ਕਹਿੰਦੇ ਵੀ ਇਹ ਸਮੰਦਰ ਦੇ ਵਿੱਚ ਕਦੀ ਤੇਰੇ ਹਿਰਦੇ ਵਿੱਚ ਉਪਜਦੀ ਨਹੀਂ ਕਿਉਂ ਤੇਰੇ ਅੰਦਰ ਕੇਵਲ ਤੇ ਕੇਵਲ ਅਗਰ ਜਤੂ ਕੀਰਤਨ ਵੀ ਕਰੂੰਗਾ ਕਥਾ ਵੀ ਕਰੂੰਗਾ ਤੇ ਉਹਦੇ ਵਿੱਚ ਤੇਰੀ ਆਪਣੀ ਹੋਂ ਹੋਗੀ ਤੇਰੀ ਆਪਣੀ ਬੜਿਆਈ ਹੋਗੀ ਸ਼ੋਭਾ ਹੋਊਗਾ ਤੇਰਾ ਆਪਣਾ ਮਾਣ ਹੋਊਗਾ ਕਿਉਂਕਿ ਮੈਂ ਵੱਡਾ ਮਹੰਤ ਬਣ ਗਿਆ ਹੈਗਾ ਇਸ ਕਰਕੇ ਇਹ ਜਿਹੜੇ ਹਉਮੇ ਰੂਪੀ ਤੇਰੀ ਭਜਨ ਬੰਦਗੀ ਅਗਰ ਤੂੰ ਕਰ ਇਹਦਾ ਫਲ ਵੀ ਮੈਨੂੰ ਦੇਵੇ ਤਾਂ ਭਾਈ ਇਹ ਹਉਮੇ ਰੂਪੀ ਜਿਹੜੀ ਬੰਦਗੀ ਹੈਗੀ ਆ ਉਹਦਾ ਫਲ ਫੇ ਵੀ ਸਿਫਰ ਹੀ ਆ ਕਿਉਂਕਿ ਇਹੋ ਜਿਹੜੀ ਭਜਨ ਬੰਦਗੀ ਸੇਵਾ ਹੈਗੀ ਆ ਪਰਮੇਸ਼ਰ ਨੂੰ ਨਹੀਂ ਪਾਉਂਦੀ ਜਾਦੂ ਪ੍ਰੇਤ ਨੇ ਜਿਹੜੇ ਸੀਗੀ ਇਹ ਸਾਰੀ ਗੱਲ ਉਹ ਗੁਰਮੁਖ ਪਿਆਰੇ ਨਾਲ ਕੀਤੀ ਤਾਂ ਫਿਰ ਗੁਰਮੁਖ ਪਿਆਰਾ ਕਹਿਣ ਲੱਗਾ ਕਹਿੰਦਾ ਲੈ ਭਈ ਮੈਂ ਤੇਰੀ ਗੱਲ ਦੀ ਜਿਹੜੀ ਸਾਰੀ ਨਿਚੋੜ ਆ ਹੁਣ ਮੇਰੀ ਸਮ ਦੇ ਵਿੱਚ ਆ ਗਿਆ ਕਿ ਜਿਹੜੀ ਵਾਹਿਗੁਰੂ ਦੇ ਪ੍ਰਤੀ ਪ੍ਰੇਮਾ ਭਗਤੀ ਆ ਨਾ ਜਿਹਦੇ ਵਿੱਚ ਬਰਾਗ ਹੈ ਬਿਰਹਾ ਹੈ ਦਰਦ ਹੈ ਤੇ ਅੰਦਰ ਖਿੱਚ ਹੈਗੀ ਆ ਉਹ ਇਹ ਪ੍ਰੇਮਾ ਭਗਤੀ ਪਰਮੇਸ਼ਰ ਨੂੰ ਪਾਉਂਦੀ ਆ ਪਰ ਐਡੀਟਿਵ ਮੰਦਰ ਸਜਣ ਦੇ ਨਾਲ ਭੋਜ ਪੰਡਾਰੇ ਨਾਲ ਬਹੁਤ ਹੀ ਸੰਗਤ ਜੁਣ ਦੇ ਨਾਲ ਇਹੋ ਜਿਹਾ ਜਿਹੜਾ ਰਸਮੀ ਭਗਤੀ ਅੰਦਰ ਪੈਦਾ ਨਹੀਂ ਹੁੰਦੀ ਕਿਉਂਕਿ ਇਹਦੇ ਨਾਲ ਕੇਵਲ ਤੇ ਕੇਵਲ ਹੋਮੇ ਵਰਦੀ ਹੈਗੀ ਆ ਤੇ ਮਨੁੱਖ ਆਪਣੀ ਵਡਿਆਈ ਦਾ ਹੀ ਭੁੱਖਾ ਹੈਗਾ ਪਰਮੇਸ਼ਰ ਦੀ ਵਡਿਆਈ ਦੀ ਜਗ੍ਹਾ ਆਪਣੀ ਮਾਨਤਾ ਆਪਣੀ ਵਡਿਆਈ ਚਾਹੁੰਦਾ ਹੈਗਾ ਕਿ ਲੋਕੀ ਮੇਰਾ ਸਤਿਕਾਰ ਕਰਨ ਮੈਨੂੰ ਪਿਆਰੀਆਂ ਥਲਾਉਣ ਮੈਨੂੰ ਜੀ ਆਇਆਂ ਤੇ ਮੈਨੂੰ ਸੰਤ ਜੀ ਸੰਤ ਜੀ ਕਰਕੇ ਪੂਜਣ ਸੋ ਇਹੋ ਜੇ ਜਿਹੜੀ ਭਜਨ ਬੰਦਗੀ ਆ ਇਹ ਕੇਵਲ ਤੇ ਕੇਵਲ ਨਾਂ ਦੀ ਭਜਨ ਬੰਦਗੀ ਆ ਇਹ ਵਾਈ ਗੁਰੂ ਨੂੰ ਨਹੀਂ ਪਾਉਂਦੀ ਇਸੇ ਕਰਕੇ ਗਰਬਾਣੀ ਚ ਆਖਿਆ ਹੈ ਕਿ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਜਿਹੜਾ ਅੰਤਰ ਕਵਟੇ ਬਕਾਰ ਹੈ ਤੇ ਨਾ ਰੋਏ ਕਿਆ ਕੀਜੇ ਜਿਨ੍ਹਾਂ ਦੇ ਅੰਦਰ ਕਵਟ ਹੈਗਾ ਬਲਸ਼ਲ ਹੈਗਾ ਹੋਂ ਹੈਗੀ ਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਉਹ ਭਗਤੀ ਵੀ ਕਰਨ ਤੇ ਉਹਨਾਂ ਦਾ ਰੋਣਾ ਕਦੀ ਖਤਮ ਨਹੀਂ ਹੋ ਸਕਦਾ ਕਿਉਂਕਿ ਉਹ ਸਾਰੀ ਉਮਰ ਰੋਂਦੇ ਰਹਿਣਗੇ ਤੇ ਜਿਹੜੇ ਸ਼ਖਸ਼ ਆਪ ਜਿਨ੍ਹਾਂ ਦੇ ਜੀਵਨ ਦੇ ਵਿੱਚ ਰੋਣਾ ਲਿਖਿਆ ਹੈ ਤੇ ਉਹ ਦੂਸਰਿਆਂ ਨੂੰ ਸੁਖੀ ਕਿਵੇਂ ਬਣਾਉਣਗੇ ਉਸ ਤੋਂ ਬਾਅਦ ਫਿਰ ਗੁਰੂਮukh ਪੈਰਾ ਜਿਹੜਾ ਸਗਾ ਉਹ ਪ੍ਰੇਤ ਨੂੰ ਕਹਿਣ ਲਗਾ ਕਿ ਦੇਖ ਮੈਨੂੰ ਤੇਰੀ ਆ ਜਿਹੜੀ ਆ ਪਿਆਸੇ ਦੀ ਧਨ ਦੌਲਤ ਦੀ ਜਿੰਨੀ ਵੀ ਜਿਹੜੀ ਸਮਗਰੀ ਮੈਨੂੰ ਨਹੀਂ ਚਾਹੀਦੀ ਨਾ ਮੈਂ ਮੰਦਰ ਬਣਾਉਣਾ ਹੈਗਾ ਨਾ ਭੋਜ ਭੰਡਾਰੇ ਕਰਨੇ ਆ ਤੇ ਨਾ ਮੈਨੂੰ ਮਹੰਤ ਚਾਹੀਦੀ ਆ ਬਸ ਮੈਨੂੰ ਤਾਂ ਮੇਰੇ ਘਰ ਦਾ ਉਹ ਛੋਟਾ ਜਿਹਾ ਪੂਜਾ ਦਾ ਸਥਾਨ ਉਹੀ ਬੈਠਾ ਹੈ ਚੰਗਾ ਹੈਗਾ ਜਿੱਥੇ ਬੈਠ ਕੇ ਮੈਂ ਬੀਠਲ ਦੀ ਉਸ ਨਰੰਗ ਕਰਦੀ ਭਗਤੀ ਕਰ ਸਕਾਂ ਵਾਦਤ ਕਰ ਸਕਾਂ ਇਹੋ ਹੀ ਮੇਰੇ ਵਾਸਤੇ ਸ੍ਰੇਸ਼ਟ ਹੈਗਾ ਜਦ ਇਹ ਜਿਹੜਾ ਗਿਆਨ ਸੀਗਾ ਉਹ ਗੁਰਮੁਖ ਪਿਆਰੇ ਨੇ ਉਸ ਪ੍ਰੇਤ ਨੂੰ ਆਖਿਆ ਤਾਂ ਪ੍ਰੇਤ ਜਿਹੜਾ ਸੀ ਫਿਰ ਉਹ ਜਿਹੜਾ ਸੀ ਚੁੱਪ ਕਰ ਗਿਆ ਉਸ ਤੋਂ ਬਾਅਦ ਦੇਖੋ ਉਹ ਜਿਹੜਾ ਗੁਰਮੁਖ ਪਿਆਰਾ ਸੀਗਾ ਉਹ ਆਪਣੇ ਘਰ ਆ ਗਿਆ ਤੇ ਮੰਦਰ ਦਾ ਖਿਆਲ ਐਡੇ ਐਡੇ ਵੱਡੇ ਜਿਹੜੇ ਭੋਜ ਪੰਡਾ ਦੇ ਸਾਰੇ ਮਨ ਚੋਂ ਕੱਢ ਕੇ ਤੇ ਉਹ ਰੱਬ ਦੇ ਨਾਲ ਇੱਕ ਸੁਰ ਹੋ ਕੇ ਫਿਰ ਭਜਨ ਕਰਨ ਲੱਗਾ ਸੋ ਕਹਿਣ ਤੋਂ ਭਾਵੇਂ ਆ ਕਿ ਜਿਨ੍ਹਾਂ ਦੇ ਅੰਦਰ ਵਿਰਹਿ ਰੂਪੀ ਭਗਤੀ ਆ ਵਿਰਾਗ ਰੂਪੀ ਭਗਤੀ ਆ ਦਰਦ ਹੈ ਅੰਦਰ ਉਸ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਹੈ ਖਿੱਚ ਹੈ ਭਾਵਨਾ ਹੈ ਪ੍ਰੇਮ ਹੈ ਇਹੋ ਹੀ ਭਜਨ ਬੰਦਗੀ ਉਸ ਪਰਮੇਸ਼ਰ ਨੂੰ ਪਾਉਂਦੀ ਆ ਤੇ ਵਾਹਿਗੁਰੂ ਉਸ ਦੇ ਉੱਤੇ ਹਮੇਸ਼ਾ ਪ੍ਰਸੰਨ ਰਹਿੰਦੇ ਆ ਤੇ ਉਹਦੇ ਅੰਗ ਸੰਗ ਹੋ ਕੇ ਤੇ ਪਰਮੇਸ਼ਰ ਜਿਹੜੇ ਆ ਉਸ ਦੇ ਨਾਲ ਹਮੇਸ਼ਾ ਲਾਡ ਲਟਾਉਂਦੇ ਸੋਦਾਸ ਇਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕਾ ਜੀ ਹੁਇਆਂ ਬਿਆੰਤ ਭੁੱਲਾਂ ਚੁਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ